मैं आज खड़ा होकर दखन लग्या कि जे मेरी शहादत नाल सुखबीर की शहादत नाल पंजाब विच अमन शांति रह सकती असी तैयार ਜ਼ੀਰਕਪੁਰ ਵਿੱਚ ਨਵੇਂ ਬਣੇ ਢਿੱਲੋਂ ਪਲਾਜ਼ਾ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਇਸ ਦੌਰਾਨ ਕੈਪਟਨ ਨੇ ਫਰੀਦਕੋਟ 'ਚ ਕੀਤੀ ਗਈ ਬਾਦਲਾਂ ਦੀ ਰੈਲੀ 'ਤੇ ਠੋਕਵਾਂ ਜਵਾਬ ਦਿੰਦੇ ਹੋਏ ਬਾਦਲਾਂ 'ਤੇ ਵੱਡੇ ਹਮਲੇ ਕੀਤੇ। ਕੈਪਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਰਾਜਨੀਤੀ ਕਰ ਰਹੀ ਹੈ, ਕਾਂਗਰਸ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੀ। ਕਾਂਗਰਸ ਸਿਰਫ ਮੁੱਦਿਆਂ 'ਤੇ ਰਾਜਨੀਤੀ ਕਰਦੀ ਹੈ ਅਤੇ ਜੋ ਉਹਨਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹ ਸਿਰਫ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਨੇ। ਜਸਟ ਟ੍ਰਾਈਂਗ ਟੂ ਡਾਈਵਰਟ ਅਟੈਂਸ਼ਨ ਕਰਨਾ ਚਾਹੁੰਦੇ ਨੇ ਲੋਕਾਂ ਦੀ। ਹਾਂਜੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈਜ਼ ਗਿਵਨ ਓਵਰ 800 ਪੇਜ ਰਿਪੋਰਟ, ਟੋਟਲੀ 100% ਐਕਸੈਪਟਡ ਬਾਏ ਵਿਧਾਨ ਸਭਾ ਨੇ ਐਕਸੈਪਟ ਕਰ ਦਿੱਤਾ ਉਹ। ਠੀਕ ਹੈ, ਇੱਕ ਬੰਦੇ ਨੇ ਵੀ ਵੋਟ ਉਹਦੇ ਖਿਲਾਫ਼ ਨਹੀਂ ਪਾਈ, ਸਿਰਫ ਅਕਾਲੀਆਂ ਨੇ ਵਾਕਆਊਟ ਕਰਤਾ ਸੀ। ਠੀਕ ਹੈ, ਟੋਟਲ ਆਪ ਜਿਹੜੀ ਆਪ ਦੀ ਦੂਜੀ ਪਾਰਟੀ ਹੈ ਉਹਨਾਂ ਨੇ ਵੀ ਕਾਂਗਰਸ 100% ਜਿਹੜਾ ਹੁਣ ਇਸ ਤੋਂ ਲੋਕਾਂ ਦਾ ਮਨ ਕਿਤੇ ਹੋਰ ਲਗਾਉਣਾ ਚਾਹੁੰਦੇ ਨੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਸੀ ਫਰਦਰ ਇਨਵੈਸਟੀਗੇਸ਼ਨ ਇਜ਼ ਨੈਸੈਸਰੀ ਐਂਡ SIT ਸ਼ੁੱਡ ਬੀ ਫੋਰਮਡ। ਉਹ SIT ਫੋਰਮ ਹੋ ਗਈ। ਜਿਹੜੇ ਚਾਰ ਪੁਲਿਸ ਆਫਿਸਰ ਸੀ ਉਹਨਾਂ ਨੇ ਕਿਹਾ ਸੀ ਕੇਸਿਸ ਸ਼ੁੱਡ ਬੀ ਮੇਡ, ਦੇ ਹੈਵ ਬੀਨ ਬ੍ਰੌਟ ਅੰਡਰ ਸੈਕਸ਼ਨ 302। ਹੁਣ ਕਸਰ ਤਾਂ ਕੋਈ ਛੱਡੀ ਨਹੀਂ, ਟਾਈਮ ਨਹੀਂ ਤੁਸੀਂ SIT 'ਤੇ ਲਾ ਸਕਦੇ, ਬਟ ਦੇ ਆਰ ਆਲ ਵੈਰੀ ਸੀਨੀਅਰ ਪੀਪਲ ਐਂਡ ਦੇ ਨੋ ਦੀ ਪਰਪਸ ਆਫ ਦਾ। ਹੁਣ ਇੱਕ ਵਾਰ ਸਟਾਰਟ ਹੋ ਜਾਏਗਾ ਕੰਮ, ਇਟ ਵਿਲ ਬੀ ਸਾਡਾ ਪੋਲੀਟੀਕਲ ਕੰਮ ਹੈ ਨਾਤੇ ਜੀ। ਇਹਨਾਂ ਨੇ ਦੇਖੋ, ਇਹਨਾਂ ਦਾ ਕੰਮ ਹੋਰ ਹੈ, ਇਹਨਾਂ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦਾ ਮਨ ਰਣਜੀਤ ਸਿੰਘ ਕਮਿਸ਼ਨ ਤੋਂ ਹਟੇ। ਐਂਡ ਵੀ ਆਰ ਨੋਟ ਇੰਟਰਸਟਡ ਦੈਟ, ਵੀ ਆਰ ਇੰਟਰਸਟਡ ਇਨ ਆਰ ਓਨ ਪੋਲੀਟਿਕਸ ਐਂਡ ਨੈਚੁਰਲੀ ਐਜ਼ ਅ ਪੋਲੀਟੀਕਲ ਪਾਰਟੀ ਸਾਨੂੰ ਆਪਣੀ ਰੈਲੀਜ਼ ਕਰਨੀ ਹੈ। ਪੋਲੀਟੀਕਲ ਬਿਆਨ ਦੇ ਕੈਪਟਨ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਤੇ ਬੋਲਦਿਆਂ ਕਿਹਾ ਕਿ ਜੋ SIT ਕੀਤੀ ਜਾਣੀ ਉਸ ਨੂੰ ਟਾਈਮ ਬੰਦ ਨਹੀਂ ਕੀਤਾ ਜਾ ਸਕਦਾ ਅਤੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਜਾਂਚ ਜ਼ਰੂਰ ਸ਼ੁਰੂ ਹੋਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ 'ਤੇ ਕਾਰਵਾਈ ਹੋਵੇਗੀ। ਅਤੇ ਨਾਲ ਹੀ ਪੰਜਾਬ 'ਚ ਜਿੰਨੇ ਵੀ ਬੇਅਦਬੀ ਦੇ ਮਾਮਲੇ ਸਾਹਮਣੇ ਨੇ ਉਹਨਾਂ ਸਾਰੇ ਮਾਮਲਿਆਂ 'ਤੇ SIT ਆਪਣੀ ਜਾਂਚ ਪੂਰੀ ਕਰੇਗੀ। SIT ਸਾਰੀਆਂ ਗੱਲਾਂ ਦੇਖਣਗੀਆਂ ਫਰੋਮ ਦੀ ਟਾਈਮ ਜਾਂ ਫੈਸਲਾ ਕੀਤਾ ਸੀ ਚੰਡੀਗੜ੍ਹ ਦੇ ਵਿੱਚ, ਚਾਹੇ ਉਹ ਮੁੱਖ ਮੰਤਰੀ ਹੋਣ ਉਦੋਂ ਦੇ ਬਾਦਲ, ਚਾਹੇ ਸੁਮੇਧ ਸੈਨੀ DGP ਹੋਣ, ਚਾਹੇ ਕਿਸੇ ਲੈਵਲ 'ਤੇ ਵੀ ਹੋਏ, ਐਵਰੀਥਿੰਗ ਵਿਲ ਬੀ ਐਗਜ਼ਾਮਿਨਡ ਬਾਈ SIT। ਜਿਸ ਤਰ੍ਹਾਂ ਪੰਜਾਬ ਵਿੱਚ ਮਾਹੌਲ ਖਰਾਬ ਹੋਣ ਦੀ ਗੱਲ ਵਿਰੋਧੀ ਦਲ ਕਰ ਰਹੇ ਨੇ ਉਸ ਨੂੰ ਨਕਾਰਦੇ ਹੋਏ ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੈ, ਜਿਸ ਤਰੀਕੇ ਨਾਲ ਖੇਤਰ ਦਾ ਵਿਕਾਸ ਹੋ ਰਿਹਾ ਉਹ ਸਭ ਦੇ ਸਾਹਮਣੇ ਹੈ। ਕੈਸੇ ਖਰਾਬ ਹੋ ਰਿਹਾ ਪੰਜਾਬ ਤੋਂ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਹੁਣ ਇੱਥੇ ਤੁਹਾਡੇ ਜ਼ੀਰਕਪੁਰ 'ਚ, ਇੰਨੇ ਸਾਲਾਂ ਤੋਂ ਜਦ ਅਕਾਲੀ ਸੀ ਇੱਕ ਬਿਲਡਿੰਗ ਨਹੀਂ ਬਣੀ ਵਿਕੀ, ਹੁਣ 28,000 ਐਤਕੀ ਵਿਕੀਆਂ ਨੇ ਤੁਹਾਡੀਆਂ। ਸੋ ਪੰਜਾਬ ਇਜ਼ ਮੂਵਿੰਗ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਪੰਜਾਬ ਦੀ ਖਾਤਰ ਆਪਣੇ ਤੇ ਸੁਖਬੀਰ ਬਾਦਲ ਦੀ ਕੁਰਬਾਨੀ ਦੇਣ ਤੇ ਤੰਜ ਕਰਦਿਆਂ ਕਿਹਾ ਕਿ ਇਹਨਾਂ ਦੀ ਕੁਰਬਾਨੀ ਮੰਗਦਾ ਕੌਣ ਹੈ। ਮੇਰੀ ਸ਼ਹਾਦਤ ਨਾਲ, ਸੁਖਬੀਰ ਦੀ ਸ਼ਹਾਦਤ ਨਾਲ ਪੰਜਾਬ ਵਿੱਚ ਅਮਨ ਸ਼ਾਂਤੀ ਰਹਿ ਸਕਦੀ ਅਸੀਂ ਤਿਆਰ। ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਰੁੱਸੇ ਹੋਏ ਨੇਤਾਵਾਂ ਨੂੰ ਮਨਾਉਣ ਲਈ ਤੇ ਆਪ ਪਾਰਟੀ 'ਚ ਦੁਬਾਰਾ ਸ਼ਾਮਲ ਕਰਨ ਨੂੰ ਲੈ ਕੇ ਸੁੱਚਾ ਸਿੰਘ ਛੋਟੇਪਾ ਨਾਲ ਕੀਤੀ ਮੁਲਾਕਾਤ ਤੇ ਬੋਲਦਿਆਂ ਕੈਪਟਨ ਨੇ ਮਜ਼ਾਕ ਵਿੱਚ ਗੱਲ ਉਡਾਉਂਦੇ ਕਿਹਾ ਕਿ ਆਪ ਪਾਰਟੀ ਦਾ ਕੁਝ ਨਹੀਂ ਹੋ ਸਕਦਾ, ਉਹਨਾਂ ਦਾ ਪਾਸਟ ਲੰਘ ਚੁੱਕਾ ਹੈ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।